ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਆਸਰੂ 'ਚ ਸਤਲੁਜ ਦਰਿਆ ਕੰਢੇ ਕੁਟੀਆ ਬਣਾ ਕੇ ਰਹਿੰਦੇ ਸੰਤ ਯੋਗੇਸ਼ ਮੁਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸੰਤ ਯੋਗੇਸ਼ ਮੁਨੀ ਪਿਛਲੇ 40 ਸਾਲਾਂ ਤੋਂ ਇੱਥੇ ਰਹਿੰਦੇ ਸਨ। ਉਹਨਾਂ ਦੇ ਸੇਵਕ ਜਗਦੀਸ਼ ਕੁਮਾਰ ਜਦੋਂ ਰੋਜ਼ਾਨਾ ਵਾਂਗ ਰੋਟੀ ਲੈ ਕੇ ਗਏ ਤਾਂ ਡੇਰੇ ਦਾ ਸਮਾਨ ਖਿਲਰਿਆ ਪਿਆ ਸੀ ਅਤੇ ਸੰਤ ਜੀ ਦੀ ਲਾਸ਼ ਖੂਨ ਨਾਲ ਲੱਥ-ਪੱਥ ਪਈ ਸੀ। ਉਹਨਾਂ ਨੇ ਤੁਰੰਤ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਵਾਰਦਾਤ ਦੀ ਸੂਚਨਾ ਮਿਲਦੇ ਹੀ SP ਵਜੀਤ ਸਿੰਘ ਅਤੇ DSP ਜਤਿੰਦਰਜੀਤ ਸਿੰਘ ਅਤੇ DSP ਹਰਜੀਤ ਸਿੰਘ ਮਾਹਰ ਟੀਮਾਂ ਦੇ ਨਾਲ ਮੌਕੇ 'ਤੇ ਪਹੁੰਚੇ। 10 ਸਾਲ ਹੋ ਗਏ ਜੀ ਸਾਨੂੰ ਵਾਲਿਆਂ ਨੂੰ। ਠੀਕ ਹੈ ਜੀ। ਹੁਣ ਮੈਂ ਲੋਕਡਾਊਨ ਤੋਂ ਪਹਿਲਾਂ ਹੀ ਆਇਆ ਸੀਗਾ। 10 ਤਰੀਕ ਨਾਲ ਮੇਰੀ 10 ਤਰੀਕ ਨੂੰ ਗੱਲ ਹੋਈ ਸੀ ਮੇਰੀ ਇਹਨਾਂ ਨਾਲ ਕਾਫੀ, ਐਸੇ 10 ਤਰੀਕ ਨੂੰ। ਅੱਜ ਸਵੇਰੇ ਮੈਂ ਘਰੋਂ 7 ਵਜੇ ਤੁਰਿਆ, ਜਾਣੀ ਕਿ 7:45 ਮੈਂ ਇੱਥੇ ਆਇਆ। ਗੇਟ ਖੁੱਲ੍ਹਾ ਸੀ ਇੱਥੇ ਆ ਕੇ, ਜਿਸ ਵੇਲੇ ਗਿਆ ਮੋਟਰਸਾਈਕਲ 'ਤੇ ਗੇਟ ਪਹਿਲਾਂ ਖੁੱਲ੍ਹਾ ਸੀਗਾ, ਜਾਂ ਗਾਹਾਂ ਜਾ ਕੇ ਦੇਖਿਆ ਬਾਹਰ ਇੱਕ ਕੱਪੜਾ ਪਿਆ ਸੀ, ਖੂਨ ਨਾਲ ਲਿਬੜਿਆ, ਵਾਲ ਸੀ ਪਏ। ਤਾਂ ਮੈਂ ਜਿਸ ਵੇਲੇ ਉਹਨਾਂ ਦਾ ਘਰ ਦਾ ਗੇਟ ਹੈਗਾ ਦਰਵਾਜ਼ਾ, ਉਹ ਦੇਖਿਆ, ਉਹ ਟੁੱਟਿਆ ਸੀ। ਉਸ ਵੇਲੇ ਦੇਖ ਕੇ ਮੈਂ ਤੁਰੰਤ ਵਾਪਸ ਆ ਗਿਆ। ਫਿਰ ਕੀ ਕੀਤਾ ਤੁਸੀਂ ਉਸ ਤੋਂ ਬਾਅਦ? ਕਿਹਨੂੰ ਦੱਸਿਆ ਜੀ? ਫਿਰ ਮੈਂ ਨਿਰਦਨ ਸਾਨੀ ਨੂੰ ਫੋਨ ਕੀਤਾ, ਇਹਨਾਂ ਵੀ ਸੇਵਕ ਸੀਗੇ, ਅਤੇ ਆਪਣੇ ਭਤੀਜੇ ਨੂੰ ਫੋਨ ਕੀਤਾ, ਉਹਦੇ ਫਿਰ ਭਰਾ ਨਾਲ ਸੰਪਰਕ ਕੀਤਾ ਜੀ। 40 ਸਾਲ ਹੋ ਗਿਆ ਜੀ। ਉਮਰ ਕਿੰਨੀ ਕੁ ਹੋਊਗੀ ਇਹਨਾਂ ਦੀ? ਉਮਰ ਇਹਨਾਂ ਦੀ ਹੈਗੀ 83-84 ਸਾਲ ਦੇ ਲਾਗੇ ਚੰਗੇ ਜੀ। ਠੀਕ ਹੈ ਸਰ, ਥੈਂਕ ਯੂ ਜੀ। ਇੱਦਾਂ ਹੈ ਜੀ, ਅੱਜ ਸਾਨੂੰ ਸਵੇਰੇ 8:30 ਵਜੇ ਇਨਫੋਰਮੇਸ਼ਨ ਆਈ ਸੀ ਇਹਨਾਂ ਦੇ ਸੇਵਕ ਵੱਲੋਂ ਵੀ, ਮੈਂ ਰੋਟੀ ਦੇਣ ਆਇਆ ਸੀ, ਵੀ ਜਿਹੜਾ ਦਰਵਾਜ਼ਾ ਟੁੱਟਿਆ ਹੋਇਆ ਸੀ, ਬਾਬੇ ਦੀ ਜਿਹੜੀ ਬੋੜੀ ਥੱਲੇ ਪਈ ਸੀ। ਜਦੋਂ ਮੈਂ ਮੌਕੇ 'ਤੇ ਪਹੁੰਚੇ, ਮੈਂ ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚਿਆ, ਤਾਂ ਦੇਖਿਆ ਜੀ ਵੀ ਬਾਬਾ ਜੀ ਦੀ ਬੋੜੀ ਜਿਹੜੀ ਥੱਲੇ ਪਈ ਹੈ, ਖੂਨ ਵਹਿ ਰਿਹਾ ਹੈ। ਬੋੜੀ ਜਿਵੇਂ ਸੜੀ ਹੋਈ, ਜਿੱਦਾਂ ਆਪਾਂ ਕਹਿ ਸਕਦੇ ਗਲੀ ਹੋਈ ਸੀ, ਜਿੱਦਾਂ ਇਹ ਇੱਦਾਂ ਜਾਪ ਰਿਹਾ ਸੀ ਵੀ ਹਫ਼ਤੇ ਤੋਂ ਉੱਪਰ ਦੀ ਇੱਦਾਂ ਹੀ ਬੋੜੀ ਇਹ ਪਈ ਹੈ ਜਿਹੜੀ। ਬਾਕੀ ਇਹਦੀ ਹੁਣ ਆਪਾਂ ਮੁਕੰਮਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਦੇਖ ਰਹੇ ਹਾਂ ਵੀ ਅੰਦਰੋਂ ਕੋਈ ਸਮਾਨ ਸਮੂਨ ਨਾ ਚੱਕ ਹੋਇਆ ਹੋਵੇ, ਜਾਂ ਕੋਈ ਮ੍ਰਿਤਕ ਹੋਵੇ, ਇਰਾਦੇ ਨਾਲ ਕੋਈ ਬੰਦਾ ਆਇਆ ਹੋਵੇ, ਉਹਨੇ ਇਹ ਕਾਰਨਾਮਾ ਕੀਤਾ ਹੋਵੇ, ਜਾਂ ਜੋ ਵੀ ਚੀਜ਼ ਹੈ ਪੋਸਟਮਾਰਟਮ ਦੇ ਆਧਾਰ 'ਤੇ ਜੋ ਵੀ ਚੀਜ਼ ਸਾਹਮਣੇ, ਉਹਦੇ ਮਤਲਬ ਜਿਹੜੀ ਅਸੀਂ ਕਾਨੂੰਨੀ ਕਰ ਰਹੇ ਹਾਂ ਜੀ। ਅਬਦੁੱਤ ਮਹਾਂ ਯੋਗੇਸ਼ਵਰ ਜੀ ਸੀਗੇ ਇਹ, ਇਹ ਆਪਣੇ ਜ਼ਿਲ੍ਹਾ ਮੰਡੀ ਦੇ ਰਹਿਣ ਵਾਲੇ ਸੀ। 35-40 ਸਾਲ ਤੋਂ ਜਿਹੜੇ ਇੱਥੇ ਆ ਕੇ ਇਹਨਾਂ ਨੇ ਆਪਣਾ ਸੇਵਾ ਕੀਤਾ।